मस्जिद आ जिहड़ी कि बहुत ही इत्थे अहम मस्जिद आ। इत्थे महाराजा अकबर इत्थे बैठ के अपने सामने महाराजा खड़क सिंह जिहड़े कि महाराजा रणजीत सिंह दे वड्डे सपुत्र सन, उन्हां तों बाद पहलां गद्दी ते बैठे हैं, उन्हां दी जिहड़ी हवेली आ। किसे टाइम च इत्थे शाही महाराजे महाराणियां राजे उन्हां दा दौर सी, जहांगीरी हाता बना के इत्थे ओह आपदे जिहड़े ऐशो आराम करदा सी। ਇਹ ਮਾਈ ਜਿੰਦਾਂ ਦੀ ਹਵੇਲੀ ਹੈ ਜੀ। ਇੱਥੇ ਬਹੁਤ ਖੂਨ ਖਰਾਬੇ ਵੀ ਹੋਏ, ਬਹੁਤ ਸਾਰੇ ਰਿਸ਼ਤਿਆਂ ਦਾ ਘਾਣ ਵੀ ਹੋਇਆ। ਇਹ ਇੱਟਾਂ ਪਤਾ ਨਹੀਂ ਕਾਸ ਕਾਸ ਦੀਆਂ ਗਵਾਹ। ਇੱਥੇ ਇਹ ਸ਼ਾਹਜਹਾਂ ਦਾ ਬੈਡਰੂਮ ਆ ਜੀ, ਇਹਦੇ 'ਚ ਰਾਧਾ ਕ੍ਰਿਸ਼ਨ ਦੀ ਫੋਟੋ ਵੀ ਲੱਗਣੀ ਹੋਈ ਆ ਉਸ ਟਾਈਮ ਦੀ, ਜਿੱਥੋਂ ਦੀ ਹਾਥੀ ਚੜ੍ਹ ਕੇ ਉੱਤੇ ਆ ਜਾਂਦੇ ਸੀ। ਆਰਕੀਟੈਕਟ ਦਾ ਬਹੁਤ ਕਮਾਲ ਦਾ ਨਮੂਨਾ ਸੀ ਉਸ ਟਾਈਮ ਦਾ, ਕਿਉਂਕਿ ਉਸ ਟਾਈਮ ਬਗਾਨਿਆਂ ਨਾਲੋਂ ਆਪਣਿਆਂ ਤੋਂ ਵੱਧ ਖਤਰਾ ਹੁੰਦਾ ਸੀ। ਅੱਜ ਚੌਥੇ ਦਿਨ ਦਾ ਜਿਹੜਾ ਸਾਡਾ ਦੌਰਾ ਸੀ ਕਰਤਾਰਪੁਰ ਸਾਹਿਬ ਦਾ, ਉਹ ਅਸੀਂ ਆਪਦਾ ਸਫਲ ਦੌਰਾ ਲਾ ਕੇ ਵਾਪਸ ਚੱਲੇ ਹਾਂ। ਗਰਮੀ ਨੇ ਬੁਰਾ ਹਾਲ ਜ਼ਿਆਦਾ ਕਰਤਾ, ਪਰ ਨਜ਼ਾਰਾ ਆ ਗਿਆ ਜਿਹੜਾ ਗੁਰੂ ਸਾਹਿਬ ਦੇ ਦਰਸ਼ਨਾਂ ਕਰਨ ਦਾ, ਅਤੇ ਬਹੁਤ ਸਾਰੇ ਜਿਹੜੇ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਏ ਹਾਂ, ਅਤੇ ਬਹੁਤ ਸਾਰੀਆਂ ਆਪਦੀਆਂ ਉਮਤਾਈਆਂ ਕਹਿ ਕੇ ਆਏ। ਬਾਬਾ ਜੀ ਸਾਨੂੰ ਬਲ ਬਖਸ਼ੋ ਵੀ, ਉਮਤਾਈਆਂ ਤੋਂ ਖੜਾ ਛਡਾਓ ਸਾਡਾ, ਅਤੇ ਉਮੀਦ ਆ ਆਉਣ ਵਾਲੇ ਦਿਨਾਂ 'ਚ ਬਾਬਾ ਜੀ ਇਸ ਚੀਜ਼ਾਂ 'ਤੇ ਵੀ ਮਿਹਰ ਕਰਨਗੇ। ਸੋ ਮੈਨੂੰ ਲੱਗਦਾ ਤੁਹਾਨੂੰ ਇਹ ਐਪੀਸੋਡ ਠੀਕ ਲੱਗਿਆ ਹੋਊਗਾ। ਸਾਡੀ ਮਜਬੂਰੀ ਸੀ ਇਹਨੂੰ ਫਲਮਾਉਣ ਦੀ, ਉਹਨਾਂ ਨੇ ਕਲੀਅਰ ਕੱਟ ਹੀ ਕਹਿ ਦਿੱਤਾ ਸੀ, ਕਹਿੰਦੇ ਵੀ ਦੇਖੋ ਅਸੀਂ ਤੁਹਾਨੂੰ ਨਹੀਂ ਰੋਕਦੇ, ਤੁਸੀਂ ਸਰਦਾਰ ਹੋ ਸਿੱਖ ਹੋ, ਪਰ ਅਸੀਂ ਸਾਡੀ ਮਜਬੂਰੀ ਇਹ ਹੈ ਵੀ ਇੱਥੇ ਬੱਚੇ ਆ ਕੇ ਟਿਕਟੋਕ ਬਣਾਉਂਦੇ ਆ, ਫਿਰ ਗਲਤ ਗਾਣੇ ਲਾਉਂਦੇ ਆ, ਇਹਨਾਂ ਚੀਜ਼ਾਂ ਕਰਕੇ ਅਸੀਂ ਤੁਹਾਨੂੰ ਰੋਕ ਸਕਦੇ ਹਾਂ, ਅਤੇ ਜੇ ਤੁਸੀਂ ਆਪੇ ਬਣਾਉਣੀ ਆ ਤੁਹਾਨੂੰ ਅਸੀਂ ਰੋਕਦੇ ਨਹੀਂ, ਪਰ ਸਾਡੀ ਮਜਬੂਰੀ ਇਹ ਆ ਵੀ ਫਿਰ ਤੁਹਾਨੂੰ ਦੇਖੋ ਦੇਖੀ ਬੱਚੇ ਕਹਿਣਗੇ ਉਹ ਬਣਾਈਏ ਨਾ ਉਹ ਬਣਾਈਏ ਨਾ, ਅਸੀਂ ਕੀ ਕਰੀਏ। ਪਰ ਫਿਰ ਵੀ ਉਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ, ਅਤੇ ਇਜਾਜ਼ਤ ਦੇ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਜਿੰਨੀ ਕੁ ਬਣਾ ਸਕਦੇ ਹੋ ਬਣਾਓ। ਸੋ ਬਾਕੀ ਜਾਂਦੇ ਜਾਂਦੇ ਆਜ਼ਮ ਭਾਈ ਨੂੰ ਪੁੱਛ ਲੈਂਦੇ ਹਾਂ ਵੀ ਕਿੱਦਾਂ ਦਾ ਰਿਹਾ ਆਜ਼ਮ ਭਾਈ ਅੱਜ ਦਾ ਸਫ਼ਰ? ਬਹੁਤ ਮਜ਼ੇ ਵਾਲਾ ਜੀ, ਬੜਾ ਸਕੂਨ ਮਿਲਿਆ ਪੂਰਾ, ਬੜਾ ਅੱਛਾ, ਬਹੁਤ ਅੱਛਾ ਲੱਗਾ। ਲਓ ਜੀ ਇਹ ਆ ਜੀ ਲਾਹੌਰ ਦੀ ਚਬੁਰਜੀ, ਜਿਵੇਂ ਹੈਦਰਾਬਾਦ ਦੇ ਚਾਰ ਮੀਨਾਰ ਮਸ਼ਹੂਰ ਹੈ ਨਾ, ਇਹ ਚਬੁਰਜੀ ਵੀ ਬਹੁਤ ਜ਼ਿਆਦਾ ਮਸ਼ਹੂਰ ਆ। ਸੋ ਇਹਨਾਂ ਤੁਹਾਨੂੰ ਇੱਕ ਝਲਕ ਦਿਖਾ ਦਿੰਦੇ ਹਾਂ। ਲਓ ਜੀ ਮਸ਼ਹੂਰ ਜਿਹੜੀ ਚਬੁਰਜੀ ਕੋਲੇ ਖੜ੍ਹੇ ਹਾਂ ਅਸੀਂ, ਅਤੇ ਆਜ਼ਮ ਭਾਈ ਅਤੇ ਆਸਿਫ ਭਾਈ ਸਾਡੇ ਨਾਲ ਆ। ਮੀਆਂ ਆਸਿਫ ਜੀ ਤੁਸੀਂ ਦੱਸ ਰਹੇ ਸੀ ਇਹ ਚਬੁਰਜੀ ਦੀ ਥੋੜ੍ਹੀ ਜਿਹੀ ਹਿਸਟਰੀ ਦੱਸਿਓ। ਇਹ ਚਬੁਰਜੀ ਜਿਹੜੀ ਆ ਇੱਕ ਸੀ ਬਾਗ ਪਹਿਲੇ ਵੱਡਾ ਜੀ, ਆਜ਼ਾਦੀ ਜ਼ੇਬਲ ਨਸਾਦ ਸੀਗੀ, ਔਰੰਗਜ਼ੇਬ ਆਲਮਗੀਰ ਸੀ ਮੁਗਲ ਇੰਪਰੈਸ ਵੱਡਾ ਬਾਦਸ਼ਾਹ ਸੀ, ਉਹਦੀ ਬੇਟੀ ਸੀ ਜੀ, ਉਹਦਾ ਇਹ ਬਾਗ ਸੀ। ਉਹਦੇ ਬਾਗ ਦਾ ਇਹ ਇੰਟਰੈਂਸ ਸੀਗੀ ਲੇਡੀ ਸੀ, ਜਿਹਦੇ ਵਿੱਚੋਂ ਗੇਟ ਲੰਘ ਕੇ ਅਸੀਂ ਅੰਦਰ ਜਾਂਦੇ ਸੀ। ਇੱਥੇ ਬੜਾ ਵੱਡਾ ਬਾਗ ਸੀ ਪਿੱਛੇ ਨੂੰ, ਇੱਕ ਤਾਂ ਇੱਥੇ ਬੜਾ ਵੱਡਾ ਬਾਗ ਮਸ਼ਹੂਰ ਆ ਜਿਹੜਾ ਬਾਗੇ ਦਿਲਕੁਸ਼ਾਹ ਸੀਗਾ, ਬਾਅਦ 'ਚ ਮਕਬਰਾ ਜਹਾਂਗੀਰ ਬਣ ਗਿਆ। ਉੱਥੇ ਨੂਰਜਾਂ ਜਿਹੜੀ ਸੀ ਉਹਦਾ ਬਾਗ ਸੀਗਾ, ਨੂਰਜਾਂ ਸੀ ਜਹਾਂਗੀਰ ਦੀ ਬੀਵੀ, ਉਹਨੇ ਫਿਰ ਆਪਣੇ ਬੰਦੇ ਦਾ ਮਕਬਰਾ ਵੀ ਉੱਥੇ ਬਣਵਾਇਆ, ਉਹਨੇ ਆਪਣਾ ਵੀ ਉੱਥੇ ਬਣਾ ਲਿਆ। ਅਤੇ ਉਹ ਤੋਂ ਬਾਅਦ ਸਭ ਤੋਂ ਵੱਡਾ ਬਾਗ ਇਹੀ ਸੀਗਾ ਚਬੁਰਜੀ ਬਾਗ ਜਿਹਨੂੰ ਕਿਹਾ ਜਾਂਦਾ ਸੀਗਾ। ਬੇਸਿਕਲੀ ਬਾਗ ਚਬੁਰਜੀ ਜਿਹਨੂੰ ਬਾਅਦ 'ਚ ਮਸ਼ਹੂਰ ਹੋ ਗਿਆ ਇਹਦੇ ਚਾਰ ਮੀਨਾਰਾਂ ਦੀ ਵਜ੍ਹਾ ਤੋਂ, ਕਿ ਜ਼ੇਬਲ ਨਸਾਦ ਦਾ ਬਾਗ ਸੀਗਾ ਅਤੇ ਬੜਾ ਖੂਬਸੂਰਤ ਬਾਗ ਸੀ। ਇਸ ਵਾਸਤੇ ਤੁਹਾਨੂੰ ਪਤਾ ਫਿਰ ਟੱਪੇ ਹੋ ਜਾਂਦੇ, ਹਰ ਪਾਸੇ ਸਾਰਾ ਕੁਛ ਮੁੱਕ ਗਿਆ, ਚਬੁਰਜੀ ਖੜੀ ਰਹਿ ਗਈ, ਚਬੁਰਜੀ ਹਾਲੇ ਵੀ ਹੈਗੀ ਆ। ਅਤੇ ਇਹ ਬੜਾ ਇਹਦਾ ਇੱਕ ਰੌਲਾ ਵੀ ਬਣਿਆ ਸੀ, ਜਿਹਦਾ ਮੀਟਰ ਜੀ ਲਿਆਂਦੇ ਹੀ ਦੇਖਿਆ ਅਤੇ ਕਹਿੰਦੇ ਯਾਰ ਇਹ ਜਿਹੜੀ ਆ ਟ੍ਰੇਨ ਦਾ ਜਿਹੜਾ ਟਰੈਕ ਹੈ ਇੱਥੇ ਮੈਟਰੋ ਦਾ ਔਰੇਂਜ ਲਾਈਨ ਦਾ ਆਸਟ੍ਰੇਲੀਆ ਹੁੰਦਾ ਅਤੇ ਕਦੀ ਨਾ ਬਣਦਾ। ਮੈਂ ਕਿਹਾ ਸੀ ਇੱਥੇ ਬੜਾ ਰੌਲਾ ਪਾਇਆ, ਬੜੀ ਕੋਸ਼ਿਸ਼ ਕੀਤੀ ਸੀ ਕਿ ਇਹਦੇ ਕੋਲੋਂ ਨਾ ਲੰਘੇ, ਪਰ ਜ਼ਾਹਿਰ ਆ ਸਹੂਲਤਾਂ ਦੀ ਮਰਜ਼ੀ ਹੁੰਦੀ ਆ, ਹੁਕੂਮਤਾਂ ਦੇ ਕਹਿੰਦੇ ਨਹੀਂ ਕਿਸੇ ਦਾ ਵਸ ਚੱਲਦਾ, ਅਤੇ ਉਹਨਾਂ ਨੇ ਇੱਥੇ ਬਣਾ ਦਿੱਤੀ, ਬਣ ਗਈ ਆ। ਬਾਕੀ ਇਹ ਆ ਕਿ ਇਹ ਖੜ੍ਹੀ ਆ ਹਾਲੇ, ਔਰ ਬੜੀ ਮਜ਼ਬੂਤੀ ਨਾਲ ਖੜ੍ਹੀ ਆ, ਜ਼ਲਜ਼ਲੇ ਵੀ ਆਏ ਇੱਕ ਦੋ ਵਾਰੀ ਇਹਨੂੰ, ਇਹਦਾ ਇੱਕ ਮੀਨਾਰ ਵੀ ਡਿੱਗ ਪਿਆ ਸੀ, ਦੁਬਾਰਾ ਬਣਾਇਆ ਗਿਆ। ਅੱਛਾ, ਬਾਕੀ ਹੋਕਿੰਗ ਖੜ੍ਹੀ ਆ ਅਤੇ ਆਸੇ ਪਾਸੇ ਡਿੱਗਿਆ ਨਹੀਂ, ਕਹਿੰਦੇ ਕੰਧਾਂ ਛੁੱਟ ਛੁੱਟੀਆਂ ਦਿਸਦੀਆਂ ਤੁਹਾਨੂੰ, ਬਲਕਿ ਟ੍ਰੇਨ ਵੀ ਪਿੱਛੇ ਲੰਘ ਰਹੀ ਪਈ, ਦੇ ਦਿਖਾ ਦਿਓ ਜੀ ਜੀ। ਅਤੇ ਇਹ ਕੰਧਾਂ ਜਿਹੜੀਆਂ ਖੜ੍ਹੀਆਂ ਵਾ ਇਹ ਬਿਲਕੁਲ ਬਾਹਰ ਇਹਦੀ ਬਰੂਨੀ ਜਿਹੜੀ ਵਾਲ ਸੀ ਜਿਹੜੀ ਪੂਰੀ ਇੱਕ ਕੰਧ ਸੀ, ਇਹਦੀ ਦੀਵਾਰ ਸੀ ਅਤੇ ਅੱਗੇ ਬਾਗ ਹੁੰਦਾ ਸੀ ਜੀ। ਸੋ ਦੋਸਤੋ ਅਸੀਂ ਅੱਜ ਥੋੜ੍ਹਾ ਜਿਹਾ ਇੱਥੇ ਗੇੜਾ ਕੱਢਦੇ ਕੱਢਦੇ ਇੱਥੇ ਰੁਕੇ ਹਾਂ ਦੋ ਮਿੰਟ ਬਾਜ਼ਾਰ ਦੇ ਵਿੱਚ। ਸੋ ਇਹ ਤੁਸੀਂ ਤੁਹਾਨੂੰ ਚਾਰ ਮੀਨਾਰ ਦਾ ਇੱਕ ਤਰਫ ਦਿਖਾ ਸਕਦੇ ਹਾਂ ਅਸੀਂ, ਕਿਉਂਕਿ ਉੱਧਰ ਮੈਟਰੋ ਦਾ ਟਰੈਕ ਆ, ਉੱਧਰੋਂ ਉਵੇਂ ਕਵਰ ਨਹੀਂ ਹੋ ਸਕਦੀ। ਸੋ ਚੱਲਦੇ ਹਾਂ ਜੀ ਅੱਗੇ। ਇਹ ਆ ਜੀ ਜੈਨ ਮੰਦਰ ਜਿਹੜਾ ਢਾਤਾ ਸੀ ਬਾਬਰੀ ਮਸਜਿਦ ਵੇਲੇ ਤੋਂ, ਪਰ ਜਦੋਂ ਪਾਰਟੀਸ਼ਨ ਹੋਈ ਆ ਪੰਜਾਬ ਵੰਡਿਆ ਗਿਆ ਉਸ ਟਾਈਮ ਇਹ ਇਲਾਕਾ ਹੈਗਾ ਸੀ ਸਾਰਾ।
ਇੱਥੋਂ ਰਾਈਟ ਸਾਈਡ ਤੇ ਕਰਦੇ ਤੇ ਇੱਥੇ ਹਾਲੇ ਤਾਈਂ ਘਰ ਐਸੇ ਹੈਗੇ ਆ ਪਰ ਇਹ ਨਾ ਇੱਕ ਇਲਾਕਾ ਕ੍ਰਿਸ਼ਨ ਨਗਰ ਤੇ ਉੱਥੇ ਜੇ ਚੱਕਰ ਮੈਂ ਤੁਹਾਨੂੰ ਲਵਾ ਸਕਿਆ ਉੱਥੇ ਹਾਲੇ ਤਾਈਂ ਉਹ ਪੁਰਾਣੇ ਬੋਰਡ ਲੱਗੇ ਹੋਏ ਆ ਜਿਹੜੇ ਉਦੋਂ ਇੱਥੇ ਕਰਾਰ ਰਹਿੰਦੇ ਸੀ ਉਹਨਾਂ ਦੇ ਸਰਦਾਰਾਂ ਦੇ ਸਾਰਿਆਂ ਦੇ ਅੱਛਾ ਯਾਨੀ ਕਿ ਨੇਮ ਪਲੇਟਾਂ ਜਿਹੜੀਆਂ ਹਾਲੇ ਤਾਈਂ ਉਹਨਾਂ ਦੀਆਂ ਸੋ ਦੋਸਤੋ ਇਸ ਵਕਤ ਅਸੀਂ ਆ ਚੁੱਕੇ ਹਾਂ ਸ਼ਾਹੀ ਕਿਲੇ ਦੇ ਵਿੱਚ ਸ਼ਾਹੀ ਕਿਲੇ ਦੇ ਜਿਵੇਂ ਤੁਸੀਂ ਮੇਰੇ ਬੈਕ 'ਤੇ ਦੇਖ ਸਕਦੇ ਹੋ ਗੁਰਦੁਆਰਾ ਡੇਰਾ ਸਾਹਿਬ ਵੀ ਦਿਖਾਈ ਦੇ ਰਿਹਾ ਉਹ ਮੇਨ ਜਿਹੜਾ ਜਿਹੜੀ ਮਸਜਿਦ ਆ ਜਿਹੜੀ ਕਿ ਬਹੁਤ ਹੀ ਇੱਥੇ ਅਹਿਮ ਮਸਜਿਦ ਆ ਬਾਦਸ਼ਾਹੀ ਮਸਜਿਦ ਕਿਹਾ ਜਾਂਦਾ ਉਹ ਦਿਖਾਈ ਦੇ ਰਹੀ ਹੈ ਜੀ ਅਤੇ ਇਹ ਜਿਹੜਾ ਉਹ ਸ਼ਾਹੀ ਕਿਲਾ ਜਿੱਥੋਂ ਕਿਤੇ ਰਾਜਕਾਜ ਚੱਲਦੇ ਰਹੇ ਆ ਵੱਡੇ ਵੱਡੇ ਮੁਗਲਾਂ ਤੋਂ ਲੈ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਤੱਕ ਅਤੇ ਅਸੀਂ ਇਸ ਟਾਈਮ ਖੜ੍ਹੇ ਇੱਕ ਖੂਹ ਦੇ ਉੱਤੇ ਇਸ ਟਾਈਮ ਖੜ੍ਹੇ ਹਾਂ ਅਸੀਂ ਦੀਵਾਨੀ ਆਮ ਜਿੱਥੇ ਮਹਾਰਾਜਾ ਅਕਬਰ ਇੱਥੇ ਆ ਜਿਹੜਾ ਇੱਥੇ ਬੈਠ ਕੇ ਆਪਣੇ ਸਾਹਮਣੇ ਮਹਾਰਾਜਾ ਖੜਕ ਸਿੰਘ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸਪੁੱਤਰ ਸਨ ਉਹਨਾਂ ਤੋਂ ਬਾਅਦ ਪਹਿਲਾਂ ਗੱਡੀ 'ਤੇ ਬੈਠੇ ਉਹਨਾਂ ਦੀ ਜਿਹੜੀ ਹਵੇਲੀ ਆ ਕੈਸਾ ਨੇ ਕਬਰ ਨਾ ਉਹਨੇ ਹਾਲ ਸਿੰਘ ਦੀ ਪਿੰਡ ਦਾ ਉਹ ਵੀ ਫਿਰ ਇਹਨਾਂ ਦੇ ਨਾਲ ਇੱਥੇ ਰਹਿੰਦੇ ਸੀ ਉਹਨਾਂ ਦੇ ਸਪੁੱਤਰ ਸਨ ਸੋ ਇਹ ਜਿਹੜੇ ਅੱਡੋ ਅੱਡ ਇੱਥੇ ਦੀਵਾਨ ਹਾਲ ਬਣੇ ਹੋਏ ਕਿਲੇ ਦੇ ਉੱਤੇ ਕਿਉਂਕਿ ਬਹੁਤ ਲੋਕਾਂ ਦੇ ਰਾਜ ਰਹੇ ਕਿਸੇ ਨੇ ਹੌਲੀ ਹੌਲੀ ਅੱਡੋ ਅੱਡ ਆਪਣੇ ਡਿਵੈਲਪ ਕੀਤੇ ਅਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਦਾ ਹਾਲ ਜਿਹੜਾ ਦਰਬਾਰ ਜਿਹਨੂੰ ਕਹਿੰਦੇ ਆ ਉਹ ਬਣਾਇਆ ਹੋਇਆ ਸੀ ਅਤੇ ਚਲੋ ਲਓ ਜੀ ਇਹ ਖੜਕ ਸਿੰਘ ਜੀ ਦੀ ਹਵੇਲੀ ਦਾ ਦੂਜਾ ਪਾਸਾ ਇੱਧਰ ਵੀ ਇੱਕ ਉਹਨਾਂ ਦਾ ਖੂਹ ਆ ਲਓ ਜੀ ਇਹ ਕਿਲੇ ਦੇ ਅੰਦਰ ਦਾ ਜਿਹੜਾ ਸਾਰਾ ਦਿਖਾ ਰਹੇ ਹਾਂ ਜੀ ਕਿਸੇ ਟਾਈਮ 'ਚ ਇੱਥੇ ਸ਼ਾਹੀ ਮਹਾਰਾਜੇ ਮਹਾਰਾਣੀਆਂ ਰਾਜੇ ਉਹਨਾਂ ਦਾ ਦੌਰ ਸੀ ਨਾਲ ਨਾਲ ਜਿਹੜੀ ਰੈਨੋਵੇਸ਼ਨ ਵੀ ਚੱਲ ਰਹੀ ਹੈ ਜਿਹੜੀ ਬਣਿਆ ਹੋਇਆ ਵਾ ਹਾਂਜੀ ਫੌਜ ਦੇ ਵਿੱਚ ਉਹ ਬਹਿੰਦਾ ਹੁੰਦਾ ਸੀ ਆਪ ਬਹਿੰਦਾ ਸੀ ਉੱਪਰ ਅੱਛਾ ਨੱਚਦੀ ਅੱਛਾ ਜਹਾਂਗੀਰੀ ਹਾਤਾਕ ਬਣਾ ਕੇ ਇੱਥੇ ਉਹ ਆਪਦੇ ਜਿਹੜੇ ਐਸ਼ੋ ਆਰਾਮ ਕਰਦਾ ਸੀ ਇਹ ਮਾਈ ਜਿੰਦਾਂ ਦੀ ਹਵੇਲੀ ਹੈ ਜੀ ਅਸਲ 'ਚ ਬਣਦਾ ਅੱਛਾ ਇਹ ਵੀ ਰੈਨੋਵੇਟ ਹੋ ਰਹੀ ਆ ਹੁਣ ਦੇਖੋ ਜੀ ਉਸ ਸਮੇਂ ਦੀ ਕਲਾਕ੍ਰਿਤੀ ਦੇਖੋ ਇਹ ਸਾਰੇ ਕੀ ਹਾਲ ਬਣੇ ਹੋਏ ਆ ਕਿਲੇ ਦੇ ਵਿੱਚ ਥੱਲੇ ਨੂੰ ਸੁਰੰਗ ਜਾ ਰਹੀ ਆ ਕੋਈ ਫਿਰ ਉੱਤੇ ਆਹ ਹਾਲ ਬਣੇ ਹੋਏ ਆ ਇੱਥੇ ਬਹੁਤ ਖੂਨ ਖਰਾਬੇ ਵੀ ਹੋਏ ਬਹੁਤ ਸਾਰੇ ਰਿਸ਼ਤਿਆਂ ਦਾ ਘਾਣ ਵੀ ਹੋਇਆ ਇਹ ਇੱਟਾਂ ਪਤਾ ਨਹੀਂ ਕਾਸ ਕਾਸ ਦੀਆਂ ਗਵਾਹ ਇੱਥੇ ਕਿੰਨੀਆਂ ਇੱਥੇ ਬਾਵਾਂ ਵਗੀਆਂ ਕਿੰਨੀਆਂ ਹਨੇਰੀਆਂ ਵਗੀਆਂ ਉਸ ਟਾਈਮ ਦਾ ਪੱਥਰ ਲੱਗਿਆ ਉਸ ਟਾਈਮ ਦਾ ਸਿੰਗਮਰਮਰ ਦੀਆਂ ਕਲਾਕ੍ਰਿਤੀਆਂ ਕਿੰਨੀਆਂ ਸਦੀਆਂ ਹੋ ਗਈਆਂ ਇਹਨੂੰ
ਇੱਧਰੋਂ ਦੀ ਲਾਹੌਰ ਦਾ ਵੀ ਥੋੜ੍ਹਾ ਜਿਹਾ ਸੀਨ ਦਿਖਾ ਰਿਹਾ। ਲਓ ਜੀ ਤੁਹਾਨੂੰ ਇੱਥੋਂ ਬਾਹਰ ਦਾ ਸੀਨ ਦਿਖਾ ਦਈਏ ਕਿਲ੍ਹੇ ਦਾ। ਲਾਹੌਰ ਆ ਜੀ ਇਹ, ਸੋਹਣੇ ਪਾਰਕ ਆ। ਲਾਹੌਰ ਦੇ ਹਿਸਾਬ ਨਾਲ ਜਿਹੜੀਆਂ ਬਿਲਡਿੰਗਾਂ ਬਹੁਤ ਉੱਚੀਆਂ ਬਹੁਤ ਘੱਟ ਆ, ਇੱਥੇ ਗਿਣਤੀ ਦੇ ਟਾਵਰ ਬਣੇ ਹੋਏ ਆ, ਪਰ ਕੁੱਲ ਮਿਲਾ ਕੇ ਜਿਹੜੀ ਇਹਦੀ ਇਤਿਹਾਸਿਕ ਮਹੱਤਤਾ ਉਹ ਬਹੁਤ ਵੱਡੀ ਆ। ਹਾਂਜੀ, ਛੱਤ 'ਤੇ ਮਾਰਬਲ ਲੱਗਿਆ ਉਸ ਟਾਈਮ ਦਾ ਦੇਖ ਲਓ, ਅੱਜ ਬੰਦਿਆਂ ਤੋਂ ਥੱਲੇ ਨਹੀਂ ਲੱਗਦਾ। ਸੋ ਸਾਹਮਣੇ ਵੀ ਮਿਊਜ਼ਿਕ ਫੁਹਾਰਾ ਟਾਈਪ ਚਾਰ ਸਿਸਟਮ ਹੋਣਾ। ਹਾਂਜੀ, ਇੱਥੇ ਬਹੁਤ ਬਰੀਕ ਇੱਟ ਲੱਗੀ ਹੋਈ ਆ, ਤੇ ਖੜੌਂਜਾ ਵੀ ਚੁਣਿਆ ਹੋਇਆ ਇਸ ਢੰਗ ਨਾਲ ਵੀ ਡਿਜ਼ਾਇਨਾਂ ਬਣੀਆਂ ਹੋਇਆ ਚ। ਸ਼ਾਹਜਹਾਂ ਦਾ ਬੈਡਰੂਮ ਆ ਜੀ, ਤੇ ਚ ਰਾਧਾ ਕ੍ਰਿਸ਼ਨ ਦੀ ਫੋਟੋ ਵੀ ਲਪਣੀ ਹੋਈ ਆ ਉਸ ਟਾਈਮ ਦੀ। ਕਿਆ ਬਾਤ ਆ, ਦੇਖੋ ਜੀ। ਤੇ ਆ ਇੱਥੇ ਕਹਿੰਦੇ ਉਹਨਾਂ ਦਾ ਬੈਡ ਹੁੰਦਾ ਸੀ ਇਸ ਥਾਂ ਦੇ ਉੱਤੇ, ਮਹਾਰਾਜਾ ਜਦੋਂ ਸ਼ਹਿਨਸ਼ਾਹ ਸੀ ਉਹਨਾਂ ਦਾ ਬੈਡ ਇੱਥੇ ਹੁੰਦਾ ਸੀ। ਆ ਹੋਰ ਨਾਲ ਲੱਗਦੇ ਬੈਡਰੂਮ ਆ। ਆ ਦੇਖੋ ਜੀ, ਇਹ ਵੀ ਬੈਡਰੂਮ ਆ, ਵਾਸ਼ਰ ਤੇ ਵਾਸ਼ੇ ਹੁੰਦਾ। ਇਹ ਵੀ ਤੈ ਖਾਨਾ ਕੋਈ ਲਓ ਜੀ, ਜਾਮ ਪੇਸ਼ ਹੋ ਰਿਹਾ, ਰਾਣੀ ਬੰਨਿਓ ਰਾਜੇ ਨੂੰ ਜਾਮ ਪੇਸ਼ ਹੋ ਰਿਹਾ, ਪਰ ਤਸਵੀਰ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ ਆ। ਸ਼ੀਸ਼ਾ ਵੀ ਵਿੱਚ ਕੋਸ਼ਿਸ਼ ਤਾਂ ਕੀਤੀ ਆ ਪਰ ਨਹੀਂ ਬਚੀ। ਪੁਰਾਤਨ ਵਿਭਾਗ ਜਿਹੜਾ ਉਹ ਇੱਥੇ ਹੀ ਕਿਤੇ ਨਾ ਕਿਤੇ ਆਪਦੀ ਕਲਾ ਦਿਖਾਉਂਦਾ ਹੁੰਦਾ। ਮਾਤਾ ਜਿੰਦ ਕੌਰ ਜੀ ਦਾ ਹਵੇਲੀ ਦਾ ਜਿਹੜੀ ਉਹਨਾਂ ਦੀ ਰਿਹਾਇਸ਼ ਸੀ ਉਹਦਾ ਦੂਜਾ ਪਾਸਾ ਜੀ, ਜੇ ਥੱਲੇ ਹੁਣ ਮਿਊਜ਼ੀਅਮ ਬਣਿਆ ਜਿਹੜਾ ਕਿ ਸ਼ੂਟ ਨਹੀਂ ਕਰਨ ਦਿੰਦੇ ਥੋੜ੍ਹਾ ਜਿਹਾ, ਉਹਦੇ 'ਚ ਬਹੁਤ ਚੀਜ਼ਾਂ ਇਹੋ ਜਿਹੀਆਂ। ਅਤੇ ਪਰ ਆਪਾਂ ਇੱਧਰ ਤੁਹਾਨੂੰ ਦਿਖਾਉਂਦੇ ਹਾਂ, ਐਡਾ ਵੱਡਾ ਬੋਰਡ ਬਣਿਆ ਜਿਹਦੇ ਹੇਠ ਸੰਗਤਾਂ ਬੈਠੀਆਂ। ਲਓ ਜੀ, ਇਹ ਵੀ ਇੱਕ ਹਮਾਮ ਆ, ਪਰ ਇਹ ਆਮ ਹਮਾਮ ਆ ਕਹਿੰਦੇ ਹੁੰਦੇ ਆ ਵੀ ਆਮ ਲੋਕਾਂ ਜਿਹੜੇ, ਮੈਨੂੰ ਲੱਗਦਾ ਫਿਰ ਇਹ ਛੋਟੇ ਰਾਜੇ ਰਹਿਣਗੇ, ਛੋਟੇ ਜਿਹੜੇ ਹੋਣਗੇ ਉੱਥੇ ਉਹਨਾਂ ਲਈ ਹੋਊਗਾ। ਜਿਹੜਾ ਸ਼ਾਹੀ ਇਮਾਮ ਆ ਉਹ ਤਾਂ ਉਹ ਉੱਧਰ ਆ ਅਤੇ ਉਹ ਬੰਦ ਆ ਪਰਲੇ ਪਾਸੇ, ਅਤੇ ਪਰ ਇੱਥੇ ਵੀ ਉਸ ਟਾਈਮ ਦੇ ਵਿੱਚ ਟੈਕਨੀਕ ਸੀ। ਅਤੇ ਕਹਿੰਦੇ ਸ਼ਾਹੀ ਇਮਾਮ ਦੇ ਵਿੱਚ ਤਾਂ ਉਹ ਜਿਹੜਾ ਸਟੀਮ ਬਾਥ ਦਾ ਕੰਸੈਪਟ ਉਦੋਂ ਚੱਲਦਾ ਸੀ, ਜਦੋਂ ਤੁਸੀਂ ਕਹਿ ਸਕਦੇ ਹੋ ਵੀ ਇੰਨੀਆਂ ਸਦੀਆਂ ਪਹਿਲਾਂ। ਜੀ ਨਾਗ ਮੰਦਰ, ਮਹਾਰਾਜਾ ਸਾਹਿਬ ਦੀ ਇੱਕ ਹਿੰਦੂ ਰਾਣੀ ਸੀ, ਇਹ ਉਹਨਾਂ ਲਈ ਬਣਾਇਆ ਗਿਆ ਕਹਿੰਦੇ। ਅਤੇ ਇੱਧਰ ਐਲੀਫੈਂਟ ਸਟੇਅਰ ਆਉਂਦੀਆਂ ਜਿੱਥੋਂ ਦੀ ਹਾਥੀ ਚੜ੍ਹ ਕੇ ਉੱਤੇ ਆ ਜਾਂਦੇ ਸੀ, ਅਤੇ ਸ਼ੀਸ਼ ਮਹਿਲ ਜਾਂਦਾ ਪਰਾਂ ਨੂੰ। ਅਤੇ ਆ ਇੱਕ ਇੱਧਰਲਾ ਪੱਖ ਵੀ ਕਿਲ੍ਹੇ ਦਾ, ਬਹੁਤ ਵੱਡਾ ਕਿਲ੍ਹਾ ਜੀ, ਅਤੇ ਇੰਨੀ ਗਰਮੀ ਦੇ ਵਿੱਚ ਤੁਸੀਂ ਦੇਖ ਨਹੀਂ ਪਾ ਸਕਦੇ ਕਿਉਂਕਿ ਬਹੁਤ ਹੀ ਜ਼ਿਆਦਾ ਗਰਮੀ ਅੱਜ, ਅਤੇ ਪਰ ਫਿਰ ਵੀ ਜਿਹੜੀ ਕਰਿਓਸਿਟੀ ਆ ਬੰਦਿਆਂ ਨੂੰ ਲੈ ਆਉਂਦੀ ਹੈ ਇੱਥੇ, ਅਤੇ ਅਸੀਂ ਦੇਖ ਰਹੇ ਹਾਂ ਜਿੰਨਾ ਕੁ ਅਸੀਂ ਦੇਖ ਸਕਦੇ ਹਾਂ। ਪਰ ਕੰਧਾਂ ਦੱਸਦੀਆਂ ਵੀ ਕਿੱਡੀਆਂ ਕਿੱਡੀਆਂ ਕੰਧਾਂ ਅਤੇ ਕੀ ਸਿਸਟਮ ਸੀ ਉਦੋਂ ਦਾ। ਜਾ ਰਿਹਾ ਨਾ ਪਰ ਬਰੂਦ ਖਾਨੇ ਨੂੰ, ਐਲੀਫੈਂਟ ਸਟੇਅਰ ਅਤੇ ਸ਼ਾਹੀ ਜਿਹੜਾ। ਇਹ ਆ ਜੀ ਐਲੀਫੈਂਟ ਸਟੇਅਰ ਹੈ,
ਇੱਥੋਂ ਦੀ ਹਾਥੀ ਚੜ੍ਹ ਕੇ ਆਉਂਦੇ ਹਾਥੀ ਦੇ ਪੈਰਾਂ ਲਈ ਵੱਡੀਆਂ ਸਟੈਪ ਬਣਾਏ ਸੀ ਹੈਗੇ ਵੀ ਨਿੱਕੇ ਨਿੱਕੇ ਨਾ ਜਿਹੜਾ ਹਾਂ ਸੌਖਾ ਚੱਕ ਲਏ ਅੱਛਾ ਅੱਗੇ ਦੇਖੋ ਤੁਸੀਂ ਮਜ਼ੇ ਦੀ ਗੱਲ ਹਾਂਜੀ ਆ ਉੱਤੇ ਆ ਪੈਲਸ ਜਿਹੜਾ ਚੱਲ ਰਿਹਾ ਹਾਂ ਹਾਂ ਠੰਡੇ ਥਾਂ ਅੰਦਰ ਆ ਸਾਰਾ ਠੰਡਾ ਹੁੰਦਾ ਸੀ ਪਰਲੇ ਪਾਸੇ ਦਰਿਆ ਹੁੰਦਾ ਸੀ ਉਧਰੋਂ ਠੰਡੀ ਹਵਾ ਹੁੰਦੀ ਸੀ ਇਹ ਬਣਾ ਸੋ ਕਿਆ ਬਾਤ ਇਸ ਦਾ ਇਹ ਸਾਰਾ ਹਾਥੀ ਸਟੈਪ ਐਲੀਫੈਂਟ ਸਟੇਅਰ ਦਾ ਜਿਹੜੀ ਹਾਥੀ ਪੈਰ ਉੱਥੋਂ ਫਿਰ ਹਾਥੀ ਬਾਹਰ ਨਿਕਲਦਾ ਸੀ ਉਸ ਗੇਟ ਦੀ ਦੀ ਬਾਹਰ ਨਿਕਲਦਾ ਉਹ ਜਿਹੜੇ ਬਰਾਂਡੇ ਆ ਨਾਲ ਉਹ ਖੜੇ ਹੁੰਦੇ ਸੀ ਫੌਜੀ ਕਈ ਵਾਰੀ ਹੁਣ ਵੀ ਆਪਾਂ ਫਿਲਮਾਂ ਫਿਲਮਾਂ 'ਚ ਦੇਖ ਲੈਂਦੇ ਹਾਂ 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 ਸਾਰਾ ਬਰੂਦ ਕੰਟਰੋਲ ਇੱਥੇ ਕੀਤਾ ਜਾਂਦਾ ਸੀ ਇਹ ਜਮਾਂ ਕਿਲੇ ਦੇ ਮੇਨ ਗੇਟ ਦੇ ਲਾਗੇ ਸੀ ਹਾਂਜੀ ਅੱਛਾ ਇਹ ਸਭ ਤੋਂ ਵੱਡਾ ਗੇਟ ਆ ਕਿਲੇ ਦਾ ਆਲਮਗੀਰੀ ਗੇਟ ਲੰਮੇਰੀ ਗੇਟ ਆਲਮਗੀਰੀ ਆਲਮਗੀਰੀ ਗੇਟ ਔਰੰਗਜ਼ੇਬ ਆਲਮਗੀਰ ਓਕੇ ਓਕੇ ਇਹ ਆ ਜੀ ਆਲਮਗੀਰੀ ਗੇਟ ਜਿਹੜਾ ਸਭ ਤੋਂ ਵੱਡਾ ਗੇਟ ਕਿਹਾ ਨੀ ਇੱਥੇ ਆ ਕੇ ਵੀ ਇੱਕ ਸੁਰੰਗ ਆ ਗਈ ਆਰਕੀਟੈਕਟ ਦਾ ਬਹੁਤ ਕਮਾਲ ਦਾ ਨਮੂਨਾ ਸੀ ਉਸ ਟਾਈਮ ਦਾ ਕਿਉਂਕਿ ਉਸ ਟਾਈਮ ਬਗਾਨਿਆਂ ਨਾਲੋਂ ਆਪਣਿਆਂ ਤੋਂ ਵੱਧ ਖਤਰਾ ਹੁੰਦਾ ਸੀ ਬਿਲਕੁਲ ਤੇ ਆਪਣਿਆਂ ਤੋਂ ਵੀ ਬਚਣ ਲਈ ਸੁਰੰਗਾਂ ਕੰਮ ਕਰਦੀਆਂ ਸੀ ਅੱਛਾ ਇਹ ਹੁਣ ਅਸਲ ਚ ਉਹਨਾਂ ਦਾ ਕੋਈ ਬੰਦਾ ਹੈ ਨਹੀਂ ਤੇ ਉਹਨੂੰ ਨਾਲ ਲੈ ਕੇ ਨਾ ਇੱਧਰ ਨੂੰ ਜਾ ਰਹੀ ਹੈ ਅੱਛਾ ਇੱਥੋਂ ਫਿਰ ਅੱਗੇ ਘੁੰਮਦੀ ਹੋਈ ਇਹ ਬਾਹਰ ਆ ਜਾਂਦੀ ਹੈ ਕਿਤੇ ਉੱਥੇ ਜਾਂਦੀ ਹੈ ਸ਼ੀਸ਼ ਮਹਿਲ ਦੇ ਪਰਲੇ ਪਾਸੇ ਦੀਵਾਨੇ ਵਾਹ ਜੀ ਵਾਹ